ਸਤਿ ਸ਼੍ਰੀ ਅਕਾਲ ਜੀ, ਮੈਂ ਗੁਰਪ੍ਰੀਤ ਕੌਰ ਬੱਬਰ ਸਵਾਗਤ ਕਰਦੀ ਹਾਂ ਤੁਹਾਡਾ ਪ੍ਰਾਈਮ ਏਸ਼ੀਆ ਟੀਵੀ 'ਤੇ ਪ੍ਰਾਈਮ ਕੁਕਿੰਗ ਸ਼ੋਅ ਵਿੱਚ। ਅਸੀਂ ਪੰਜਾਬੀ ਲੋਕ ਜਿਹੜੇ ਹਾਂ, ਅਸੀਂ ਦੁਨੀਆ ਦੇ ਕੋਨੇ ਕੋਨੇ 'ਚ ਵਸੇ ਹੋਏ ਹਾਂ। ਸਾਰੀ ਦੁਨੀਆ ਨੂੰ ਅਸੀਂ ਆਪਣੀਆਂ ਰੈਸਿਪੀਜ਼ ਦੇ ਨਾਲ, ਆਪਣੇ ਖਾਣ ਪੀਣ ਦੇ ਢੰਗ ਨਾਲ ਇੰਪ੍ਰੈਸ ਕੀਤਾ ਹੋਇਆ ਹੈ। ਸਾਗ ਅਤੇ ਮੱਕੀ ਦੀ ਰੋਟੀ ਦੁਨੀਆ ਦਾ ਮੇਰੇ ਖਿਆਲ ਕੋਈ ਇਨਸਾਨ ਹੋਏਗਾ ਜਿਹਨੇ ਖਾਧੀ ਨਹੀਂ ਹੋਏਗੀ। ਦਾਲ ਮੱਖਣੀ, ਬਟਰ ਚਿਕਨ, ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਪੂਰੀ ਦੁਨੀਆ ਨੂੰ ਸਾਡੇ ਪੰਜਾਬ ਦੀ ਦੇਣ ਨੇ। ਕੁਝ ਇੱਕ ਚੀਜ਼ਾਂ ਅਸੀਂ ਉਹਨਾਂ ਦੀਆਂ ਵੀ ਅਡੋਪਟ ਕੀਤੀਆਂ ਹੈ, ਜਿਸ ਤਰ੍ਹਾਂ ਇਟਲੀ ਦੇ ਵਿੱਚ ਪਾਸਤਾ ਅਤੇ ਪੀਜ਼ਾ ਬਹੁਤ ਮਸ਼ਹੂਰ ਹੈ। ਉਹ ਮੇਰੇ ਖਿਆਲ 'ਚ ਹੁਣ ਪੰਜਾਬ ਦੇ ਵੀ ਹਰ ਘਰ ਵਿੱਚ ਬਣਦਾ ਹੈ। ਬੜਾ ਸੌਖਾ ਤਰੀਕਾ ਹੁੰਦਾ ਇਹ ਚੀਜ਼ਾਂ ਬਣਾਉਣ ਦਾ, ਬਸ ਥੋੜ੍ਹਾ ਜਿਹਾ ਸਾਨੂੰ ਇਹਦਾ ਢੰਗ ਆਉਣਾ ਚਾਹੀਦਾ। ਸੋ ਅੱਜ ਮੈਂ ਜਿਹੜੀ ਤੁਹਾਡੇ ਲਈ ਰੈਸਿਪੀ ਲੈ ਕੇ ਆਈ ਹਾਂ, ਉਹ ਪਾਸਤੇ ਦੀ ਰੈਸਿਪੀ ਲੈ ਕੇ ਆਈ ਹਾਂ। ਨੋਟ ਕਰੋ ਇਹਦੇ ਇੰਗਰੀਡੈਂਟਸ। ਸਭ ਤੋਂ ਪਹਿਲਾਂ ਜੀ, ਸਾਨੂੰ ਪਾਸਤਾ ਚਾਹੀਦਾ ਹੈ। ਪਾਸਤਾ ਮੈਂ ਇਹਦਾ ਫਲਾਰਸ ਵਾਲਾ ਪਾਸਤਾ, ਜਿਹਨੂੰ ਬੋ ਪਾਸਤਾ ਕਹਿੰਦੇ, ਉਹ ਲਿਆ ਹੋਇਆ ਹੈ। 2 ਕੱਪ ਪਾਸਤਾ ਹੈ। 4 ਟਮਾਟਰਾਂ ਨੂੰ ਮੈਂ ਉਬਾਲ ਕੇ, ਉਹਨਾਂ ਦੇ ਛਿਲਕਾ ਉਤਾਰ ਕੇ, ਉਹਨਾਂ ਦੀ ਪਿਊਰੀ ਬਣਾ ਲਈ ਹੋਈ ਆ। 2 ਸ਼ਿਮਲਾ ਮਿਰਚਾਂ ਚਾਹੀਦੀਆਂ ਨੇ ਮੈਨੂੰ, ਲਾਲ ਅਤੇ ਹਰੀ ਮੈਂ ਲਈ ਹੈ। ਹਰੇ ਪਿਆਜ਼ ਬਰੀਕ ਕੱਟੇ ਹੋਏ ਲਏ ਨੇ। ਓਲਿਵ ਓਇਲ ਲਿਆ ਹੈ। ਰੈੱਡ ਚਿੱਲੀ ਸੌਸ ਲਈ ਹੈ, ਟਮਾਟੋ ਸੌਸ ਲਈ ਹੈ। ਲਸਣ ਕੁੱਟਿਆ ਹੋਇਆ ਲਿਆ ਹੈ, ਕਾਲੀ ਮਿਰਚ ਕੁੱਟੀ ਹੋਈ, ਸਿਰਕਾ, ਮਿਓਨੀਜ਼, ਰੈੱਡ ਚਿੱਲੀ ਫਲੇਕਸ, ਮਿਕਸ ਹਰਬਸ, ਥੋੜ੍ਹੀ ਜਿਹੀ ਖੰਡ ਅਤੇ ਲੂਣ ਜਿਹੜਾ ਅਸੀਂ ਸਵਾਦ ਅਨੁਸਾਰ ਪਾਉਣਾ ਹੈ। ਆਓ ਸ਼ੁਰੂ ਕਰਦੇ ਹਾਂ ਜੀ ਪਾਸਤਾ ਬਣਾਉਣ ਦੀ ਵਿਧੀ। ਸਭ ਤੋਂ ਪਹਿਲਾਂ ਅਸੀਂ ਪਾਸਤਾ ਜਿਹੜਾ ਮੈਂ ਲਿਆ ਹੋਇਆ ਉਹਨੂੰ ਬੋਇਲ ਕਰਨਾ ਹੈ। ਪਾਣੀ ਮੈਂ ਪਹਿਲਾਂ ਤੋਂ ਗਰਮ ਰੱਖਿਆ ਹੋਇਆ ਸੀ, ਉਬਾਲਾ ਆ ਗਿਆ। ਇਹਦੇ ਵਿੱਚ ਅਸੀਂ ਥੋੜ੍ਹਾ ਜਿਹਾ ਲੂਣ ਪਾਉਣਾ ਹੈ, ਥੋੜ੍ਹਾ ਜਿਹਾ ਓਲਿਵ ਓਇਲ, ਪਾਣੀ ਕਿਉਂਕਿ ਪਹਿਲਾਂ ਤੋਂ ਉਬਾਲਾ ਦੇਣ ਲਈ ਰੱਖਿਆ ਹੋਇਆ ਸੀ। ਹੁਣ ਅਸੀਂ ਇਹਦੇ ਵਿੱਚ ਪਾਸਤਾ ਪਾ ਦੇਣਾ ਹੈ। ਇਹਨੂੰ 7-8 ਮਿੰਟ ਵਾਸਤੇ ਅਸੀਂ ਇਹਦੇ ਵਿੱਚ ਕੁੱਕ ਕਰਨਾ ਪਾਸਤੇ ਨੂੰ। ਜਦੋਂ ਪਾਸਤਾ ਥੋੜ੍ਹਾ ਜਿਹਾ ਨਰਮ ਹੋ ਜਾਵੇ ਤਾਂ ਫਿਰ ਅਸੀਂ ਇਹਨੂੰ ਛਾਣ ਕੇ ਕੱਢ ਲੈਣਾ। ਹੁਣ ਅਸੀਂ ਦੂਸਰੀ ਸਾਈਡ 'ਤੇ ਸ਼ਿਮਲਾ ਮਿਰਚਾਂ ਨੂੰ ਰੋਸਟ ਕਰ ਲੈਂਦੇ ਹਾਂ। ਇੱਕ ਫੋਕ ਲੈਣਾ ਹੈ ਅਸੀਂ, ਫੋਕ ਦੇ ਵਿੱਚ ਅਸੀਂ ਸ਼ਿਮਲਾ ਮਿਰਚਾਂ ਨੂੰ ਅੜਾ ਕੇ ਇਹਨੂੰ ਰੋਸਟ ਕਰਨਾ ਚੰਗੀ ਤਰ੍ਹਾਂ, ਕਿਉਂਕਿ ਸ਼ਿਮਲਾ ਮਿਰਚਾਂ ਅਸੀਂ ਘੱਟ ਸੇਕ 'ਤੇ ਰੋਸਟ ਕਰਨੀ ਆ। ਇਸ ਕਰਕੇ ਮੈਂ ਪਾਸਤਾ ਜਿਹੜਾ ਉੱਧਰ ਸ਼ਿਫਟ ਕਰ ਦਿੰਦੀ ਹਾਂ। ਹੁਣ ਅਸੀਂ ਰੋਸਟ ਕਰਨਾ, ਜਦੋਂ ਸ਼ਿਮਲਾ ਮਿਰਚ ਦੇ ਉੱਤੇ ਕਾਲੇ ਕਾਲੇ ਨਿਸ਼ਾਨ ਡੋਟਸ ਪੈ ਜਾਣ ਫਿਰ ਅਸੀਂ ਇਹਨੂੰ ਸਾਈਡ 'ਤੇ ਕਰ ਲੈਣਾ ਸ਼ਿਮਲਾ ਮਿਰਚ ਨੂੰ। ਕਾਲੇ ਨਿਸ਼ਾਨ ਜਿਹੜੇ ਆ ਉਹ ਸ਼ਿਮਲਾ ਮਿਰਚ ਦੇ 4 ਚੁਫੇਰੇ ਆ ਜਾਣਗੇ ਅਤੇ ਪੂਰੀ ਤਰ੍ਹਾਂ ਜਿਹੜੀ ਆ ਭੁੱਜ ਜਾਏਗੀ। ਰੋਸਟ ਕਰਨ ਨਾਲ ਸ਼ਿਮਲਾ ਮਿਰਚ ਦੇ ਫਲੇਵਰਸ ਜਿਹੜੇ ਆ ਉਹ ਬਹੁਤ ਜ਼ਿਆਦਾ ਵੱਧ ਜਾਂਦੇ ਆ। ਇਸ ਕਰਕੇ ਪਾਸਤੇ ਵਿੱਚ ਜਦੋਂ ਅਸੀਂ ਇਹਨੂੰ ਰੋਸਟ ਕਰਕੇ ਪਾਵਾਂਗੇ ਤਾਂ ਇਹਦਾ ਫਲੇਵਰ ਬਹੁਤ ਚੰਗਾ ਆਏਗਾ ਉਹਦੇ ਵਿੱਚ। ਸ਼ਿਮਲਾ ਮਿਰਚ ਹੁਣ ਪੂਰੀ ਤਰ੍ਹਾਂ ਰੋਸਟ ਹੋ ਗਈ ਹੋਈ ਆ। ਦੇਖੋ ਇਹਦੇ ਆਸੇ ਪਾਸੇ ਜਿਹੜੇ ਆ ਸਪੋਟ ਲੱਗ ਗਏ ਹੋਏ ਆ, ਥੋੜ੍ਹੀ ਨਰਮ ਵੀ ਹੋ ਗਈ ਹੋਈ ਆ। ਹੁਣ ਅਸੀਂ ਇਹ ਜਿਹੜੇ ਛਿਲਕੇ ਆ ਇਹਨਾਂ ਨੂੰ ਅਸੀਂ ਉਤਾਰ ਲੈਣਾ ਪਾਣੀ ਦੇ ਵਿੱਚ ਭਿਉਂ ਕੇ। ਮੈਂ ਇੱਕ ਕੌਲਾ ਲੈਂਦੀ ਹਾਂ, ਪਾਣੀ ਪਾ ਕੇ ਅਸੀਂ ਇਹਦੇ ਵਿੱਚ ਇਹਦਾ ਛਿਲਕਾ ਜਿਹੜਾ ਉਤਾਰ ਲੈਣਾ। ਨਾਲ ਹੀ ਅਸੀਂ ਜਿਹੜੀ ਆ ਦੂਜੀ ਸ਼ਿਮਲਾ ਮਿਰਚ ਉਹਨੂੰ ਵੀ ਰੱਖ ਕੇ ਅਸੀਂ ਇਸੇ ਤਰ੍ਹਾਂ ਹੀ ਰੋਸਟ ਕਰ ਲੈਣਾ। ਪਾਸਤਾ ਵੀ ਅਸੀਂ ਚੈੱਕ ਕਰੀ ਜਾਣਾ ਪਿੱਛੋਂ। ਇਹ ਵੀ ਸ਼ਿਮਲਾ ਮਿਰਚ ਚੰਗੀ ਤਰ੍ਹਾਂ ਭੁੱਜ ਗਈ ਹੋਈ ਹੈ। ਸ਼ਿਮਲਾ ਮਿਰਚ ਚੰਗੀ ਤਰ੍ਹਾਂ ਭੁੱਜ ਗਈ ਹੋਈ ਹੈ। ਦੇਖੋ ਇਹਦੇ ਆਸੇ ਪਾਸੇ ਸਾਰੇ ਕਾਲੇ ਨਿਸ਼ਾਨ ਪੈ ਗਏ ਹੋਏ ਆ। ਗੈਸ ਅਸੀਂ ਬੰਦ ਕਰ ਦੇਣਾ। ਹੁਣ ਅਸੀਂ ਇਹਨਾਂ ਦੋਵਾਂ ਦਾ ਅਸੀਂ ਛਿਲਕਾ ਜਿਹੜਾ ਕਾਲਾ ਛਿਲਕਾ ਵਾ ਉਹ ਉਤਾਰ ਦੇਣਾ।
ਤੜਕਾ ਉਤਾਰ ਕੇ ਅਸੀਂ ਇਹਨਾਂ ਨੂੰ ਬਰੀਕ ਬਰੀਕ ਕੱਟ ਲੈਣਾ। ਹੁਣ ਅਸੀਂ ਇਹਨੂੰ ਛੋਟੇ ਛੋਟੇ ਪੀਸਾਂ 'ਚ ਕੱਟ ਲੈਣਾ ਹੈ। ਸ਼ਿਮਲਾ ਮਿਰਚ ਨੂੰ ਵੀ ਇਹਦੇ ਜਿਹੜੇ ਆ ਉਹ ਕੱਢ ਕੇ ਅਸੀਂ ਪੇਸਟ ਕਰ ਦੇਣੇ ਆ। ਸ਼ਿਮਲਾ ਮਿਰਚਾਂ ਰੋਸਟ ਹੋਣ ਦੇ ਨਾਲ ਨਰਮ ਵੀ ਹੋ ਗਈਆਂ। ਪਾਸਤਾ ਵੀ ਸਾਡਾ ਜਿਹੜਾ ਹੈ ਉਹ ਸੌਫਟ ਹੋ ਗਿਆ, ਥੋੜ੍ਹਾ ਜਿਹਾ ਬਸ ਇੱਕ ਅੱਧਾ ਮਿੰਟ ਹੋਰ ਰੱਖਣਾ ਸੀ ਇਹਨੂੰ, ਉਨੀ ਦੇਰ ਅਸੀਂ ਸ਼ਿਮਲਾ ਮਿਰਚਾਂ ਬਰੀਕ ਬਰੀਕ ਕੱਟ ਲਈਏ। ਬਿਲਕੁਲ ਛੋਟੇ ਛੋਟੇ ਪੀਸ ਅਸੀਂ ਸ਼ਿਮਲਾ ਮਿਰਚਾਂ ਦੇ ਕਰ ਲੈਣੇ ਆ। ਪਾਸਤਾ ਜਿਹੜਾ ਹੈ ਉਹ ਬੋਇਲ ਹੋ ਗਿਆ ਹੋਇਆ, ਇਹਨੂੰ ਅਸੀਂ ਚਮਚੇ ਨਾਲ ਥੋੜ੍ਹਾ ਜਿਹਾ ਕੱਟ ਕੇ ਦੇਖ ਲੈਣਾ। ਬਿਲਕੁਲ ਸੈੱਟ ਹੈ ਸਾਡਾ ਪਾਸਤਾ, ਹੁਣ ਅਸੀਂ ਇਹਨੂੰ ਛਾਣ ਲੈਣਾ ਹੈ। ਜਦੋਂ ਪਾਸਤੇ ਦਾ ਪਾਣੀ ਚੰਗੀ ਤਰ੍ਹਾਂ ਨਿਕਲ ਜੇ ਫਿਰ ਅਸੀਂ ਉਹਨੂੰ ਇੱਕ ਬੋਲ 'ਚ ਕੱਢ ਲੈਣਾ ਹੈ। ਪਾਸਤੇ ਨੂੰ ਅਸੀਂ ਇੱਕ ਬੋਲ 'ਚ ਕੱਢ ਲੈਣਾ। ਹੁਣ ਪਾਸਤੇ ਦੇ ਵਿੱਚ ਕਿਉਂਕਿ ਜਦੋਂ ਠੰਡਾ ਹੋ ਜਾਂਦਾ ਥੋੜ੍ਹਾ ਚਿਪਕ ਜਾਂਦਾ ਹੈ, ਇਸ ਲਈ ਇਹਦੇ ਵਿੱਚ ਥੋੜ੍ਹਾ ਜਿਹਾ ਅਸੀਂ ਓਲਿਵ ਓਇਲ ਪਾਉਣਾ। ਅਤੇ ਮਿਓਨੀਜ਼ ਪਾਉਣੀ ਆ, 2-2 ਚਮਚ ਅਸੀਂ ਇਹਦੇ ਵਿੱਚ ਮਿਓਨੀਜ਼ ਪਾ ਦੇਣੀ ਆ। ਪਾ ਕੇ ਇਹਨੂੰ ਮਿਕਸ ਕਰਕੇ ਠੰਡਾ ਹੋਣ ਲਈ ਰੱਖ ਦੇਣਾ। ਪਾਸਤਾ ਮਿਕਸ ਹੋ ਗਿਆ, ਸ਼ਿਮਲਾ ਮਿਰਚਾਂ ਸਾਰੀਆਂ ਕੱਟ ਲਈਆਂ ਹੋਈਆਂ, ਪਾਸਤਾ ਬੋਇਲ ਕਰ ਲਿਆ ਹੋਇਆ, ਇਹਦੇ ਵਿੱਚ ਥੋੜ੍ਹਾ ਜਿਹਾ ਓਲਿਵ ਓਇਲ ਅਤੇ ਮਿਓਨੀਜ਼ ਪਾ ਕੇ ਇਹਨੂੰ ਰੱਖ ਦਿੱਤਾ ਹੋਇਆ ਤਾਂ ਕਿ ਇਹ ਚਿਪਕ ਨਾ ਜਾਵੇ ਆਪਸ ਵਿੱਚ। ਹੁਣ ਆਪਾਂ ਇੱਕ ਸੌਸ ਤਿਆਰ ਕਰਨੀ ਹੈ, ਟਮਾਟੋ ਸੌਸ ਤਿਆਰ ਕਰਨੀ ਹੈ। ਉਹਦੇ ਲਈ ਹੁਣ ਮੈਂ ਕੜਾਹੀ ਲੈਣੀ ਹੈ। ਕੜਾਹੀ ਦੇ ਵਿੱਚ ਅਸੀਂ ਓਲਿਵ ਓਇਲ ਪਾਉਣਾ। ਜਦੋਂ ਥੋੜ੍ਹਾ ਜਿਹਾ ਓਇਲ ਗਰਮ ਹੋ ਜਾਵੇ ਫਿਰ ਅਸੀਂ ਇਹਦੇ ਵਿੱਚ ਲਸਣ ਪਾਉਣਾ ਹੈ। 1 ਚਮਚ ਅਸੀਂ ਲਸਣ ਦਾ ਪਾਉਣਾ ਹੈ, ਲਸਣ ਦੀ ਪੇਸਟ ਦਾ। ਥੋੜ੍ਹਾ ਜਿਹਾ ਕੁੱਕ ਕਰਨਾ ਇਹਨੂੰ, ਜ਼ਿਆਦਾ ਨਹੀਂ, ਥੋੜ੍ਹਾ ਜਿਹਾ ਬਸ ਇਹਦਾ ਕੱਚਾਪਨ ਦੂਰ ਕਰਨਾ। ਲਸਣ ਹਲਕਾ ਜਿਹਾ ਭੁੱਜ ਗਿਆ ਹੋਇਆ। ਹੁਣ ਅਸੀਂ ਜਿਹੜੇ ਮੈਂ ਟਮਾਟਰ ਉਬਾਲ ਕੇ ਪੇਸਟ ਬਣਾਈ ਸੀ ਉਹ ਪਾਉਣ ਲੱਗੀ ਹਾਂ। 4 ਟਮਾਟਰਾਂ ਨੂੰ ਮੈਂ ਉਬਾਲ ਕੇ ਉਹਨਾਂ ਦਾ ਛਿਲਕਾ ਉਤਾਰ ਕੇ ਉਹਦੀ ਪੇਸਟ ਬਣਾ ਲਈ ਸੀ ਮਿਕਸੀ ਦੇ ਵਿੱਚ। ਹੁਣ ਇਹਨੂੰ ਅਸੀਂ ਥੋੜ੍ਹੀ ਕੁ ਦੇਰ ਕੁੱਕ ਕਰਨਾ ਹੈ। ਇਹਨਾਂ ਨੂੰ ਟਮਾਟਰਾਂ ਨੂੰ ਅਸੀਂ 4-5 ਮਿੰਟ ਤੱਕ ਕੁੱਕ ਕਰਨਾ, ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਸਾਰਾ ਬਾਕੀ ਸਮਾਨ ਪਾਉਣਾ। ਜਦੋਂ ਇਹਨਾਂ ਦਾ ਪਾਣੀ ਥੋੜ੍ਹਾ ਜਿਹਾ ਖੁਸ਼ਕ ਹੋਣ ਲੱਗੇ ਫਿਰ ਅਸੀਂ ਇਹਦੇ ਵਿੱਚ ਰੈਡੀਮੇਡ ਟਮਾਟੋ ਪਿਊਰੀ ਜਿਹੜੀ ਆ ਉਹ 2 ਕੁ ਚਮਚ, 1.5-2 ਚਮਚ ਪਾਉਣੇ ਆ। ਅਜੇ ਇਹਨਾਂ ਦਾ ਪਾਣੀ ਹੈਗਾ, ਥੋੜ੍ਹਾ ਜਿਹਾ ਇਹਦਾ ਪਾਣੀ ਖੁਸ਼ਕ ਕਰਨਾ ਅਸੀਂ। ਟਮਾਟਰਾਂ ਦਾ ਪਾਣੀ ਖੁਸ਼ਕ ਹੋ ਗਿਆ ਹੋਇਆ, ਹੁਣ ਅਸੀਂ ਇਹਦੇ ਵਿੱਚ ਸਾਰੀਆਂ ਚੀਜ਼ਾਂ ਮਿਕਸ ਕਰ ਦੇਣੀਆਂ। ਰੈਡੀਮੇਡ ਟਮਾਟਰਾਂ ਦੀ ਪਿਊਰੀ, ਟਮਾਟੋ ਸੌਸ, ਕੁੱਟੀ ਹੋਈ ਕਾਲੀ ਮਿਰਚ ਥੋੜ੍ਹੀ ਜਿਹੀ ਪਾਉਣੀ ਅਸੀਂ। ਸਿਰਕਾ, ਰੈੱਡ ਚਿਲੀ ਫਲੇਕਸ, ਮਿਕਸ ਹਰਬਸ, ਥੋੜ੍ਹੀ ਜਿਹੀ ਖੰਡ ਪਾਉਣੀ ਅਸੀਂ। ਲੂਣ ਅਸੀਂ ਸਵਾਦ ਅਨੁਸਾਰ ਪਾਉਣਾ। ਇਹਨਾਂ ਨੂੰ ਹੁਣ ਸਾਰੀਆਂ ਚੀਜ਼ਾਂ ਨੂੰ ਅਸੀਂ ਥੋੜ੍ਹੀ 1-2 ਮਿੰਟ ਤੱਕ ਭੁੰਨਣਾ ਹੈ।
ਇਹ ਸੌਸ ਤੁਸੀਂ ਤਿਆਰ ਕਰਕੇ ਆਪਣੇ ਪੀਜ਼ਾ ਬੇਸ ਦੇ ਉੱਤੇ ਵੀ ਲਾ ਸਕਦੇ ਹੋ, ਜੇ ਬ੍ਰੈਡ ਦੇ ਸਲਾਈਸਿਸ ਤੁਸੀਂ ਚੀਜ਼ ਪਾ ਕੇ ਬਣਾਉਣੇ ਆ ਉਹਨਾਂ ਦੇ ਉੱਤੇ ਵੀ ਲਾ ਸਕਦੇ ਹੋ। ਇਹ ਸੌਸ ਅਸੀਂ ਤਿਆਰ ਕਰਕੇ ਇਹਨੂੰ ਫਰਿੱਜ ਵਿੱਚ 10-15 ਦਿਨ ਅਸੀਂ ਰੱਖ ਸਕਦੇ ਹਾਂ, ਇਹਨੂੰ ਚੰਗੀ ਤਰ੍ਹਾਂ ਭੁੰਨ ਕੇ, ਇਹ ਖਰਾਬ ਨਹੀਂ ਹੋਏਗੀ। ਹੁਣ ਅਸੀਂ ਇਹਦੇ ਵਿੱਚ ਇਸੇ ਸੌਸ ਵਿੱਚ ਅਸੀਂ ਸ਼ਿਮਲਾ ਮਿਰਚਾਂ ਪਾ ਦੇਣੀਆਂ ਜਿਹੜੀਆਂ ਕੱਟੀਆਂ ਹੋਈਆਂ। ਇਹਨਾਂ ਨੂੰ ਅਸੀਂ 1-2 ਮਿੰਟ ਭੁੰਨ ਕੇ ਫਿਰ ਅਸੀਂ ਗੈਸ ਬੰਦ ਕਰ ਦੇਣਾ, ਥੋੜ੍ਹਾ ਜਿਹਾ ਇਹਨਾਂ ਨੂੰ ਠੰਡਾ ਕਰਨਾ, ਫਿਰ ਪਾਸਤੇ ਦੇ ਵਿੱਚ ਮਿਕਸ ਕਰ ਦੇਣਾ। ਜੇ ਤੁਸੀਂ ਗਰਮ ਗਰਮ ਖਾਣਾ ਤਾਂ ਤੁਸੀਂ ਇਸ ਤਰ੍ਹਾਂ ਪਾਸਤਾ ਇਹਦੇ ਵਿੱਚ ਪਾ ਸਕਦੇ ਹੋ ਗਰਮ ਦੇ ਵਿੱਚ ਹੀ। ਠੰਡਾ ਸੈਲਡ ਦੇ ਤਰ੍ਹਾਂ ਖਾਣਾ ਹੈ ਤਾਂ ਅਸੀਂ ਇਹਨਾਂ ਨੂੰ ਥੋੜ੍ਹਾ ਜਿਹਾ ਠੰਡਾ ਇਸ ਸੌਸ ਨੂੰ ਕਰਕੇ ਫਿਰ ਇਹਦੇ ਵਿੱਚ ਮਿਕਸ ਕਰਾਂਗੇ। ਇਹ ਜਿਹੜਾ ਸੌਸ ਦਾ ਮਿਕਸਚਰ ਹੈ ਬਹੁਤ ਜ਼ਿਆਦਾ ਸੰਘਣਾ ਨਹੀਂ ਹੋਣਾ ਚਾਹੀਦਾ, ਇਹਦੀ ਕੰਸਿਸਟੈਂਸੀ ਜਿਹੜੀ ਆ ਉਹ ਥੋੜ੍ਹੀ ਰਨੀ ਹੋਣੀ ਚਾਹੀਦੀ ਹੈ। ਜੇ ਬਹੁਤ ਜ਼ਿਆਦਾ ਸੰਘਣਾ ਹੋ ਜਾਵੇ ਤਾਂ ਥੋੜ੍ਹਾ ਜਿਹਾ ਉਹਦੇ ਵਿੱਚ ਤੁਸੀਂ ਪਾਣੀ ਪਾ ਸਕਦੇ ਹੋ। ਸੌਸ ਜਿਹੜੀ ਹੈ ਉਹ ਬਣ ਕੇ ਤਿਆਰ ਹੈ, ਸ਼ਿਮਲਾ ਮਿਰਚ ਵੀ ਵਿੱਚ ਪੈ ਗਈਆਂ ਹੋਈਆਂ, ਥੋੜ੍ਹਾ ਜਿਹਾ ਅਸੀਂ ਹਰਾ ਪਿਆਜ਼ ਜਿਹੜਾ ਵਾ ਇਹਦੇ ਵਿੱਚ ਪਾ ਦਾਂਗੇ। ਗੈਸ ਬੰਦ ਕਰਕੇ ਹੁਣ ਅਸੀਂ ਇਹਨੂੰ ਠੰਡਾ ਕਰਨ ਲਈ ਰੱਖ ਦੇਣਾ। ਗੈਸ ਬੰਦ ਕਰ ਦਿੰਦੇ ਹਾਂ, ਇਹਨੂੰ ਥੋੜ੍ਹਾ ਜਿਹਾ ਅਸੀਂ ਠੰਡਾ ਕਰ ਲੈਣਾ ਹੈ ਰੂਮ ਟੈਂਪਰੇਚਰ 'ਤੇ ਲੈ ਕੇ, ਫਿਰ ਅਸੀਂ ਇਹਨੂੰ ਇਹਦੇ ਪਾਸਤੇ ਦੇ ਵਿੱਚ ਮਿਕਸ ਕਰਾਂਗੇ। ਸੌਸ ਜਿਹੜੀ ਹੈ ਉਹ ਚੰਗੀ ਤਰ੍ਹਾਂ ਠੰਡੀ ਹੋ ਗਈ ਹੋਈ ਆ, ਹੁਣ ਅਸੀਂ ਇਹਦੇ ਵਿੱਚ ਪਾਸਤਾ ਮਿਕਸ ਕਰਨਾ। ਥੋੜ੍ਹਾ ਜਿਹਾ ਹਰਾ ਪਿਆਜ਼ ਅਸੀਂ ਪਾ ਦੇਣਾ ਵਿੱਚ, ਇਹਨੂੰ ਅਸੀਂ ਫਿਰ ਤੋਂ ਕੌਲ ਦੇ ਵਿੱਚ ਹੀ ਪਾ ਦੇਣਾ। ਭੁੱਜੀਆਂ ਹੋਈਆਂ ਸ਼ਿਮਲਾ ਮਿਰਚਾਂ ਦਾ ਕੋਲਡ ਪਾਸਤਾ ਸੈਲਡ ਜਿਹੜਾ ਬਿਲਕੁਲ ਰੈਡੀ ਹੈ। ਹੁਣ ਅਸੀਂ ਇਹਦੀ ਥੋੜ੍ਹੀ ਜਿਹੀ ਗਾਰਨਿਸ਼ਿੰਗ ਕਰਦੇ ਹਾਂ। ਇਹ ਸੀ ਜੀ ਸਾਡਾ ਪਾਸਤਾ ਸੈਲਡ ਜਿਹੜਾ ਕਿ ਅਸੀਂ ਭੁੱਜੀਆਂ ਹੋਈਆਂ ਸ਼ਿਮਲਾ ਮਿਰਚਾਂ ਨਾਲ ਬਣਾਇਆ ਹੈ। ਨੋਟ ਕਰੋ ਤੁਸੀਂ ਇਹਦਾ ਇੱਕ ਰੀਕੈਪ ਛੋਟਾ ਜਿਹਾ। ਸਭ ਤੋਂ ਪਹਿਲਾਂ ਅਸੀਂ ਪਾਸਤੇ ਨੂੰ ਉਬਾਲਣਾ ਹੈ, ਉਬਾਲਣ ਤੋਂ ਬਾਅਦ ਅਸੀਂ ਸ਼ਿਮਲਾ ਮਿਰਚਾਂ ਨੂੰ ਗੈਸ ਦੇ ਉੱਤੇ ਭੁੰਨਣਾ ਹੈ, ਭੁੰਨ ਕੇ ਉਹਨਾਂ ਨੂੰ ਕੱਟ ਲੈਣਾ। ਉਸ ਤੋਂ ਬਾਅਦ ਅਸੀਂ ਓਲਿਵ ਓਇਲ ਦੇ ਵਿੱਚ ਲਸਣ ਨੂੰ ਥੋੜ੍ਹਾ ਜਿਹਾ ਭੁੰਨ ਕੇ ਉਹਦੇ ਵਿੱਚ ਅਸੀਂ ਟਮਾਟਰ ਜਿਹੜੇ ਤਾਜ਼ੇ ਟਮਾਟਰ ਹੁੰਦੇ ਉਹਨਾਂ ਦੀ ਪਿਊਰੀ ਬਣਾਈ ਹੋਈ ਸੀ ਉਹ ਪਾਉਣੀ ਆ, ਉਹ ਪਾ ਕੇ ਭੁੰਨਣੀ ਆ। ਉਸ ਤੋਂ ਬਾਅਦ ਟਮਾਟੋ ਸੌਸ, ਟਮਾਟੋ ਪਿਊਰੀ, ਹਰਬਸ, ਕਾਲੀ ਮਿਰਚ, ਲੂਣ ਪਾ ਕੇ ਮਿਕਸ ਕਰਕੇ ਉਹਨੂੰ ਥੋੜ੍ਹੀ ਦੇਰ ਭੁੰਨਣਾ ਹੈ। ਭੁੰਨ ਕੇ ਜਦੋਂ ਇਹਦੀ ਪੂਰੀ ਕੰਸਿਸਟੈਂਸੀ ਜਿਹੜੀ ਆ ਉਹ ਥਿੱਕ ਹੋ ਜਾਵੇ ਥੋੜ੍ਹੀ ਜਿਹੀ, ਬਹੁਤ ਜ਼ਿਆਦਾ ਪਤਲੀ ਨਾ ਹੋਵੇ, ਫਿਰ ਅਸੀਂ ਉਹਦੇ ਵਿੱਚ ਸ਼ਿਮਲਾ ਮਿਰਚਾਂ ਜਿਹੜੀਆਂ ਕੱਟੀਆਂ ਹੋਈਆਂ ਭੁੱਜੀਆਂ ਹੋਈਆਂ ਉਹ ਪਾ ਦੇਣੀਆਂ। ਪਾਉਣ ਤੋਂ ਬਾਅਦ ਅਸੀਂ ਠੰਡਾ ਕਰਨਾ, ਠੰਡਾ ਕਰਨ ਤੋਂ ਬਾਅਦ ਅਸੀਂ ਜਿਹੜਾ ਪਾਸਤਾ ਹੈ ਉਹ ਉਹਦੇ ਵਿੱਚ ਪਾ ਦੇਣਾ। ਉਸ ਤੋਂ ਬਾਅਦ ਅਸੀਂ 1.25 ਘੰਟਾ ਇਹਨੂੰ ਫਰਿੱਜ ਵਿੱਚ ਰੱਖ ਦੇਣਾ ਅਤੇ ਸਾਡੀ ਜਿਹੜਾ ਪਾਸਤਾ ਜਿਹੜਾ ਖਾਣ ਲਈ ਬਿਲਕੁਲ ਤਿਆਰ ਹੈ। ਉਮੀਦ ਕਰਦੀ ਹਾਂ ਤੁਹਾਨੂੰ ਪਸੰਦ ਆਈਆਂ ਹੋਣਗੀਆਂ। ਇਸੇ ਤਰ੍ਹਾਂ ਦੀਆਂ ਹੋਰ ਵੀ ਮਜ਼ੇਦਾਰ ਰੈਸਿਪੀਜ਼ ਦੇ ਲਈ ਜੁੜੇ ਰਹੋ ਪ੍ਰਾਈਮ ਏਸ਼ੀਆ ਟੀਵੀ 'ਤੇ ਪ੍ਰਾਈਮ ਕੁਕਿੰਗ ਸ਼ੋਅ ਵਿੱਚ। ਸਤਿ ਸ਼੍ਰੀ ਅਕਾਲ ਜੀ। ਹਰ ਰੋਜ਼ ਆਪਣੇ ਫੇਵਰਿਟ ਸ਼ੋਅ ਦੇਖਣ ਲਈ ਹੋਵੇਗੀ ਭੱਜ ਨੱਠ, ਕਿਉਂਕਿ ਬ੍ਰਿਟ ਏਸ਼ੀਆ ਤੇ ਪ੍ਰਾਈਮ ਏਸ਼ੀਆ ਨੇ ਮਿਲਾ ਲਏ ਨੇ ਹੱਥ। 9 ਅਗਸਤ ਥਰਸਡੇ ਤੋਂ ਆਨਵਰਡਸ ਹਰ ਰੋਜ਼ ਦੇਖੋ ਪ੍ਰਾਈਮ ਏਸ਼ੀਆ ਟੀਵੀ ਦੇ ਹਿੱਟ ਸ਼ੋਜ਼ ਹੁਣ ਬ੍ਰਿਟ ਏਸ਼ੀਆ ਟੀਵੀ ਤੇ। ਦੇਸ਼ ਦੁਨੀਆ ਦੀਆਂ ਖਬਰਾਂ ਲਈ ਪ੍ਰਾਈਮ ਨਿਊਜ਼ ਸਵੇਰੇ 7 ਵਜੇ, ਪ੍ਰਾਈਮ ਵੁਮਨ ਬੇਸਡ ਔਨ ਵੁਮਨਸ ਇਸ਼ੂਜ਼ ਸਵੇਰੇ 7:30 ਵਜੇ, ਕਲਚਰਲ ਸ਼ੋਅ ਵਿਦ ਮਿਊਜ਼ਿਕ ਪ੍ਰਾਈਮ ਜ਼ਿੰਦਗੀ ਸਵੇਰੇ 8 ਵਜੇ, ਰਿਲੀਜੀਅਸ ਇਸ਼ੂਜ਼ ਲਈ ਪ੍ਰਾਈਮ ਚਰਚਾ ਤੇ ਐਂਟਰਟੇਨਮੈਂਟ ਲਈ ਪ੍ਰਾਈਮ ਟਾਈਮ ਸਵੇਰੇ 9 ਵਜੇ, ਬੇਸਡ ਔਨ ਡੇਲੀ ਕਰੰਟ ਪੋਲੀਟੀਕਲ ਇਸ਼ੂਜ਼ ਪ੍ਰਾਈਮ ਫੋਕਸ, ਸ਼ਾਮ 5 ਵਜੇ ਜੱਜ ਦਾ ਵਿਚਾਰ ਮਿਊਜ਼ੀਕਲ ਕਾਮੇਡੀ ਸ਼ੋਅ ਐਂਡ ਇੰਟਰਵਿਊਜ਼ ਵਿਦ ਪੰਜਾਬੀ ਸਟਾਰਸ, ਸ਼ਾਮ 6 ਵਜੇ ਬੇਤੜਕ ਤੇ ਪੱਖਪਾਤ ਰਹਿਤ ਸੀਨੀਅਰ ਪੱਤਰਕਾਰ ਜਤਿੰਦਰ ਪੰਨੂ ਜੀ ਦਾ ਸ਼ੋਅ ਪ੍ਰਾਈਮ ਡਿਸਕਸ਼ਨ ਦੇਖੋ ਸ਼ਾਮ 7 ਵਜੇ, ਤੇ ਕੀ ਰਿਹਾ ਅਖਬਾਰਾਂ ਦੀਆਂ ਸੁਰਖੀਆਂ 'ਚ ਦੱਸਣਗੇ ਸਵਰਨ ਟੈਣਾ, ਖਬਰ ਦੀ ਖਬਰ ਸ਼ਾਮ 7:30 ਵਜੇ। ਸੋ 50 ਦੇ ਕਰੀਬ ਦੇਸ਼ਾਂ 'ਚ ਵਸਦੇ ਪੰਜਾਬੀਆਂ ਦੇ ਟੀਵੀ ਸੈੱਟਸ ਤੇ ਸਕਾਈ ਟੀਵੀ ਚੈਨਲ 743, ਵਰਜਨ ਟੀਵੀ ਚੈਨਲ 840, ਫ੍ਰੀ ਵਿਊ ਚੈਨਲ ਨੰਬਰ 264 ਤੇ 9 ਅਗਸਤ 2018 ਤੋਂ ਆਨਵਰਡਸ। ਬ੍ਰਿਟਿਸ਼ ਏਸ਼ੀਆ ਟੀਵੀ ਹੈ ਜਿੱਥੇ, ਪ੍ਰਾਈਮ ਏਸ਼ੀਆ ਟੀਵੀ ਹੈ ਉੱਥੇ।